ਤੁਹਾਨੂੰ ਇਹ ਨਾਮ ਤੁਹਾਡੇ ਸ਼੍ਰੋਮਣੀ ਅਕਾਲੀ ਦਲ ਨੂੰ ਕਿਉਂ ਦੇਣਾ ਪਿਆ ਪੰਜਾਬ ਬਚਾਓ ਯਾਤਰਾ ਦਾ? ਕੋਈ ਜਿਹੜੀ ਆਪਣੀਆਂ ਸੋਸ਼ਲ ਵੈਲਫੇਅਰ ਸਕੀਮ ਸੀਗੀਆਂ ਉਹ ਚੱਲਣੀਆਂ ਬੰਦ ਹੋ ਗਈਆਂ, ਲੋਕ ਔਖੇ ਹੋਣੇ ਸ਼ੁਰੂ ਹੋ ਗਏ, ਸੋ ਪੰਜਾਬ ਨੂੰ ਕਿਤੇ ਨਾ ਕਿਤੇ ਸਾਨੂੰ ਇਹ ਲੱਗਦਾ ਕਿ ਬਚਾਉਣ ਦੀ ਲੋੜ ਪੈ ਗਈ। ਇਹ ਤਾਂ ਆਪਾਂ ਕਹਿ ਦਿੰਦੇ ਪਪੇਟ ਸੀਐਮ ਹੈ ਜਾਂ ਚੁਟਕਲੇ ਸੁਣਾਉਣ ਵਾਲੇ ਸੀਐਮ ਹੈ, ਅਸਲੀ ਤਾਂ ਦਿੱਲੀਓਂ ਚੱਲਦੀ ਹੈ ਸਰਕਾਰ ਬਾਈ ਜੀ। ਇਹ ਸ਼ਕਤੀ ਪ੍ਰਦਰਸ਼ਨ ਵੀ ਹੈ ਤੇ ਨਾਲ ਲੋਕਾਂ ਦੀ ਆਵਾਜ਼ ਹੈ। ਸਾਡੀ ਗਰੀਬਾਂ ਦੀ ਗੱਲ ਕਿਉਂ ਨਹੀਂ ਸੁਣਦੇ? ਸਾਨੂੰ ਗਰੀਬਾਂ ਨੂੰ ਪਿੱਛੇ ਕਰਕੇ ਛੱਡ ਦਿੰਦੇ ਆ, ਵੋਟਾਂ ਸਾਥੋਂ ਲਾ ਲੈਂਦੇ ਆ, ਮੜ ਕੇ ਸਾਡੀ ਕੋਈ ਗੱਲ ਨਹੀਂ ਸੁਣਦਾ ਜੀ। ਪੰਜਾਬ ਬਚਾਓ ਯਾਤਰਾ ਦਾ ਕਾਫਲਾ ਫਰੀਦਕੋਟ ਦੇ ਵਿੱਚ ਐਂਟਰ ਕਰ ਚੁੱਕਿਆ ਹੈ। ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ, ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਵੱਲੋਂ ਸਵਾਗਤ ਕੀਤਾ ਗਿਆ ਅਤੇ ਬੀਬੀਆਂ ਦੀ ਬਹੁਤ ਵੱਡੀ ਗਿਣਤੀ ਵੀ ਜਿਹੜੀ ਉਹਨਾਂ ਦੇ ਸਵਾਗਤ ਵਾਸਤੇ ਖੜ੍ਹੀ ਹੈ, ਤਮਾਮ ਬੀਬੀਆਂ ਇੱਥੇ ਖੜ੍ਹੀਆਂ ਨੇ। ਗੱਲ ਕਰੀਏ ਤਾਂ ਗੁਰਿੰਦਰ ਕੌਰ ਭੋਲੂਵਾਲਾ SGPC ਦੇ ਮੈਂਬਰ ਨੇ ਤਾਂ ਪਰਮਨ ਸਿੰਘ ਬੰਟੀ ਰਮਾਣਾ ਦੇ ਧਰਮ ਪਤਨੀ ਵੀ ਇੱਥੇ ਮੌਜੂਦ ਨੇ, ਤਾਂ ਗੱਲਬਾਤ ਕਰਦੇ ਹਾਂ। ਕਿਸ ਤਰੀਕੇ ਦਾ ਉਤਸ਼ਾਹ ਹੈ? ਬਹੁਤ ਉਤਸ਼ਾਹ ਹੈ ਬਾਈ ਜੀ, ਪਿੱਛੇ ਵੀ ਮੈਨੂੰ ਵੀ ਇਹ ਪਤਾ ਲੱਗਿਆ ਕਿ ਪਿੱਛੇ ਬਹੁਤ ਜ਼ਿਆਦਾ, ਅਤੇ ਲੇਡੀਜ਼ ਵਿੱਚ ਬਹੁਤ ਉਤਸ਼ਾਹ ਹੈ ਬਾਈ ਜੀ, ਕਿਉਂਕਿ ਸਭ ਮਿਲਣਾ ਚਾਹੁੰਦੇ ਆ ਬਾਈ ਜੀ ਨੂੰ, ਉਹਨਾਂ ਨੂੰ ਆਪਣਾ ਦੱਸਣਾ ਚਾਹੁੰਦੇ ਹੈ ਕਿ ਜੋ ਬਦਲਾਵ ਦਾ ਲੋਕਾਂ ਨੇ ਸੋਚਿਆ ਸੀਗਾ, ਇਹਨਾਂ ਨੇ ਸੋਚ ਕੇ ਮਤਲਬ ਜਿਹੜੀ ਸਰਕਾਰ ਬਣੀ ਸੀ ਉਹਨਾਂ ਕਰਕੇ ਜੋ ਜੋ ਅੱਜ ਉਹਨਾਂ ਨੂੰ ਔਖਾਈ ਹੋ ਰਹੀ ਹੈ, ਉਹ ਆਈ ਥਿੰਕ ਸਾਰਾ ਕੁਝ ਆਪਣਾ ਸਾਂਝਾ ਕਰਨਾ ਚਾਹੁੰਦੇ ਆਪਣੇ ਹਰਮਨ ਪਿਆਰੇ ਲੀਡਰ ਦੇ ਨਾਲ। ਤੁਹਾਨੂੰ ਇਹ ਨਾਮ ਤੁਹਾਡੇ ਸ਼੍ਰੋਮਣੀ ਅਕਾਲੀ ਦਲ ਨੂੰ ਕਿਉਂ ਦੇਣਾ ਪਿਆ ਪੰਜਾਬ ਬਚਾਓ ਯਾਤਰਾ ਦਾ? ਬਾਈ ਜੀ, ਬਿਕੋਜ਼ ਅੱਜ ਤੁਸੀਂ ਕਿਤੇ ਵੀ ਚਲੇ ਜਾਓ ਪੰਜਾਬ ਵਿੱਚ, ਹਾਲਾਤ ਇਹ ਬਣੇ ਪਏ ਹੈ, ਲੋਅ ਐਂਡ ਆਰਡਰ ਸਿਚੁਏਸ਼ਨ ਦੇਖ ਲਓ ਬਾਈ ਜੀ। ਕੋਈ ਜਿਹੜੀ ਆਪਣੀਆਂ ਸੋਸ਼ਲ ਵੈਲਫੇਅਰ ਸਕੀਮ ਸੀਗੀਆਂ ਉਹ ਚੱਲਣੀਆਂ ਬੰਦ ਹੋ ਗਈਆਂ, ਲੋਕ ਔਖੇ ਹੋਣੇ ਸ਼ੁਰੂ ਹੋ ਗਏ, ਸੋ ਪੰਜਾਬ ਨੂੰ ਕਿਤੇ ਨਾ ਕਿਤੇ ਸਾਨੂੰ ਇਹ ਲੱਗਦਾ ਕਿ ਬਚਾਉਣ ਦੀ ਲੋੜ ਪੈ ਗਈ ਹੈ। ਨਸ਼ੇ ਜਿਹੜਾ ਇੱਕ ਬਹੁਤ ਵੱਡਾ ਮੁੱਦਾ ਸੀਗਾ ਇਹਨਾਂ ਨੇ ਬਣਾਇਆ ਸੀਗਾ ਕਿ ਅਸੀਂ 2 ਹਫ਼ਤਿਆਂ ਦੇ ਵਿੱਚ ਖਤਮ ਕਰ ਦਾਂਗੇ, ਹੋਮਵਰਕ ਵੀ ਇਹਨਾਂ ਨੇ ਕੀਤਾ ਹੋਇਆ ਸੀਗਾ ਕਿ ਜੀ ਕੇਜਰੀਵਾਲ ਸਾਹਿਬ ਨੇ ਸਾਰਾ ਹੋਮਵਰਕ ਵੀ ਕੀਤਾ ਹੋਇਆ ਹੈ, ਅਤੇ ਇੱਥੋਂ ਤੱਕ ਕਹਿੰਦੇ ਹੁੰਦੇ ਸੀਗੇ ਕਿ ਜੇ ਚੀਫ ਮਿਨਿਸਟਰ ਚਾਹੇ ਤਾਂ 24 ਘੰਟਿਆਂ ਦੇ ਵਿੱਚ ਨਸ਼ਾ ਬੰਦ ਹੋ ਸਕਦਾ ਹੈ। ਤਾਂ ਅੱਜ ਕੇਜਰੀਵਾਲ ਸਾਹਿਬ ਤੋਂ ਵੀ ਇਹ ਪੁੱਛਣਾ ਚਾਹੁੰਦੇ ਹਾਂ, ਬਿਕੋਜ਼ ਅਸਲੀ ਸੀਐਮ ਤਾਂ ਬਾਈ ਜੀ ਅੱਜ ਉਹੀ ਹੈ ਨਾ, ਇਹ ਤਾਂ ਆਪਾਂ ਕਹਿ ਦਿੰਦੇ ਪਪੇਟ ਸੀਐਮ ਹੈ ਜਾਂ ਚੁਟਕਲੇ ਸੁਣਾਉਣ ਵਾਲੇ ਸੀਐਮ ਹੈ, ਅਸਲੀ ਤਾਂ ਦਿੱਲੀਓਂ ਚੱਲਦੀ ਹੈ ਸਰਕਾਰ ਬਾਈ ਜੀ। ਉਹਨਾਂ ਨੇ ਤਾਂ ਹੋਮਵਰਕ ਕੀਤਾ ਹੋਇਆ ਸੀਗਾ, ਨਸ਼ਾ ਘਟਣ ਜਗ੍ਹਾ ਖਤਮ ਹੋਣ ਦੀ ਜਗ੍ਹਾ ਬਲਕਿ ਮੈਂ ਕਹੂੰਗੀ ਵੱਧ ਕਿਵੇਂ ਗਿਆ। ਅੱਜ ਪੰਜਾਬ 'ਚ ਉਹ ਨਸ਼ਾ ਮਿਲ ਜਾਂਦਾ ਬਾਈ ਜੀ ਜੋ ਸ਼ਾਇਦ ਇੰਡੀਆ 'ਚ ਹੋਰ ਕਿਤੇ ਨਹੀਂ ਮਿਲਦਾ। ਉਹ ਤਾਂ ਇਹ ਕਹਿੰਦੇ ਆ ਕਿ ਇਹ ਸ਼੍ਰੋਮਣੀ ਅਕਾਲੀ ਦਲ ਕਿਵੇਂ ਪੰਜਾਬ ਬਚਾਓ ਯਾਤਰਾ ਦੀ ਗੱਲ ਕਰ ਸਕਦਾ? ਬਾਈ ਜੀ, ਇੱਕ ਤਾਂ ਨਾ ਮੈਨੂੰ ਲੱਗਦਾ ਕਿਤੇ ਨਾ ਕਿਤੇ ਇੱਕ ਵੀਡੀਓ ਵੀ ਆਈ ਸੀਗੀ, ਆਈ ਥਿੰਕ ਇਹਨਾਂ ਦੇ ਆਪ ਦੇ ਹੀ ਵਰਕਰ ਸੀਗੇ, ਉਹ ਕਹਿੰਦੇ ਵੀ ਭਗਵੰਤ ਮਾਨ ਉੱਠਦੇ ਬੈਠਦੇ ਸੌਂਦੇ ਜਾਗਦੇ ਸੁਖਬੀਰ ਜੀ ਅਕਾਲੀ ਦਲ, ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ। ਬਾਈ ਜੀ, ਇਸ ਤੋਂ ਇਹ ਬਾਹਰ ਹੀ ਨਹੀਂ ਨਿਕਲ ਕੇ ਆ ਰਹੇ, ਤੁਸੀਂ ਕਦੇ ਵੀ ਇਹਨਾਂ ਦੀ ਸਪੀਚ ਸੁਣਿਓ ਬਾਈ ਜੀ, ਠੀਕ ਹੈ ਨਾ, ਤੁਸੀਂ ਇਹਨਾਂ ਦਾ ਕੋਈ ਇੰਟਰਵਿਊ ਸੁਣ ਲਿਓ, ਅਕਾਲੀ ਦਲ ਤੋਂ ਸ਼ੁਰੂ ਹੁੰਦਾ ਅਕਾਲੀ ਦਲ ਤੋਂ ਹੀ ਖਤਮ ਹੁੰਦਾ, ਕਿਉਂਕਿ ਬਾਈ ਜੀ ਕਿਤੇ ਨਾ ਕਿਤੇ ਮਾਨ ਸਾਹਿਬ ਨੂੰ ਵੀ ਇਹ ਗੱਲ ਪਤਾ ਹੈ ਕਿ ਜੇ ਉਹ ਕਿਤੇ ਉਹ ਆਪ ਵੀ ਜਦੋਂ ਸੜਕ 'ਤੇ ਜਾਂਦੇ ਹੋਣਗੇ ਉਹ ਕੋਈ ਸੋਸ਼ਲ ਵੈਲਫੇਅਰ ਸਕੀਮ ਦੇਖਦੇ ਹੋਣੇ, ਉਹ ਸਭ ਕੁਛ ਬਾਦਲ ਸਾਹਿਬ ਦਾ ਸ਼ੁਰੂ ਕੀਤਾ ਹੋਇਆ ਅਕਾਲੀ ਦਲ ਦਾ ਸ਼ੁਰੂ ਕੀਤਾ ਹੋਇਆ। SGPC ਐਗਜ਼ੈਕਟਿਵ ਕਮੇਟੀ ਦੇ ਮੈਂਬਰ ਗੁਰਿੰਦਰ ਕੌਰ ਭੋਲੂਵਾਲਾ ਵੀ ਹੈ। ਬੀਬੀ ਜੀ, ਕਿਹਾ ਜਾ ਰਿਹਾ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਆ ਗਈਆਂ ਤਾਂ ਫਾਇਦਾ ਲੈਣ ਵਾਸਤੇ ਬੈਨੀਫਿਟ ਲੈਣ ਵਾਸਤੇ ਸ਼ਕਤੀ ਪ੍ਰਦਰਸ਼ਨ ਸ਼੍ਰੋਮਣੀ ਅਕਾਲੀ ਦਲ ਕਰ ਰਿਹਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸ਼ਕਤੀ ਪ੍ਰਦਰਸ਼ਨ ਵੀ ਹੈ ਅਤੇ ਨਾਲ ਲੋਕਾਂ ਦੀ ਆਵਾਜ਼ ਹੈ, ਕਿਉਂਕਿ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੇ ਹਰ ਇੱਕ ਵਰਗ ਨੂੰ ਕੀ ਕਹਿੰਦੇ ਹੈਗੇ ਆ, ਹੁਣ ਇਕੱਲੇ ਨੂੰ ਕਰ ਜਾ ਕੇ ਮਿਲਣਾ ਮੁਸ਼ਕਿਲ ਹੈ। ਸੋ ਇਸ ਕਰਕੇ ਇਹਨਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਹਨਾਂ ਨੇ ਇੱਕ ਮਨ ਬਣਾਇਆ ਕਿ ਮੈਂ ਹਰ ਇੱਕ ਵਰਗ ਦੇ ਨਾਲ ਆਪ ਜਿਹੜਾ ਹੈਗਾ, ਔਰ ਆਪੋ ਧਾਰੀ ਹਰ ਇੱਕ ਵਰਗ ਜਿਹੜਾ ਸੜਕਾਂ 'ਤੇ ਉਤਰ ਕੇ ਆ ਗਿਆ ਕਿ ਅਸੀਂ ਸੜਕਾਂ ਦੇ ਉੱਤੇ ਖੜ੍ਹੇ ਹੋ ਕੇ ਜਿਹੜਾ ਹੈਗਾ ਆਪਣੀਆਂ ਦੁੱਖ ਤਕਲੀਫਾਂ ਦੱਸਾਂਗੇ।
ਪੰਜਾਬ ਬਚਾਓ ਦਾ ਮਤਲਬ ਕੀ ਹੈ? ਲਾਅ ਐਂਡ ਆਰਡਰ ਨਿਲ, ਨਸ਼ਾ ਵੱਧ ਤੋਂ ਵੱਧ ਜਿੰਨਾ ਵੀ ਹੈਗਾ, ਬੀਬੀਆਂ ਨਾਲ ਜਿੰਨੇ ਇਹਨਾਂ ਨੇ ਵਾਅਦੇ ਕੀਤੇ ਸੀ 1,000 ਰੁਪਇਆ ਦੇਣਗੇ, ਉਹ ਬਿਲਕੁਲ ਖਤਮ, ਸ਼ਗਨ ਸਕੀਮ ਬਿਲਕੁਲ ਖਤਮ। ਸਾਰੇ ਜਣੇ ਤਾਂ ਬਾਦਲ ਸਾਹਿਬ ਨੂੰ ਯਾਦ ਕਰਦੇ ਆ ਕਿ ਜਿਨ੍ਹਾਂ ਨੇ ਸਾਨੂੰ ਸਕੀਮਾਂ ਦਿੱਤੀਆਂ ਸੀ, ਸਾਰੀਆਂ ਬੀਬੀਆਂ ਜਿਹੜੀਆਂ ਆਪਣੇ ਦੁੱਖੜੇ ਰੋਣ ਵਾਸਤੇ ਇੱਥੇ ਇਕੱਠੀਆਂ ਹੋਈਆਂ, ਕਿ ਅਸੀਂ ਦੱਸਾਂਗੇ ਕਿ ਨਾ ਸਾਨੂੰ ਕੋਈ ਸ਼ਗਨ ਮਿਲਦਾ, ਨਾ ਸਾਨੂੰ ਕੋਈ ਸਾਡੇ ਬੱਚਿਆਂ ਨੂੰ ਨੌਕਰੀ ਮਿਲਦੀ ਹੈ, ਵੀ ਅਸੀਂ ਤਾਂ ਬਿਲਕੁਲ ਹੈ ਖਾਲੀ ਹੱਥ ਜੇ ਬੈਠੇ ਹਾਂ। ਔਰ ਗਲਤੀ ਵੀ ਕਿਤੇ ਨਾ ਕਿਤੇ ਬੀਬੀਆਂ ਆਪਣੀਆਂ ਮੰਨਦੀਆਂ ਕਿ ਅਸੀਂ ਕਿਤੇ ਨਾ ਕਿਤੇ ਲਾਲਚ ਵਿੱਚ ਆ ਕੇ ਵੋਟਾਂ ਪਾ ਗਈਆਂ, ਪਰ ਅੱਜ ਸਾਰੀਆਂ ਬੀਬੀਆਂ ਜਿਹੜੀਆਂ ਹਰ ਇੱਕ ਵਰਗ, ਚਾਹੇ ਉਹ ਕਿਸੇ ਵੀ ਤਬਕੇ ਨਾਲ ਹੈਗਾ, ਉਹ ਜਿਹੜਾ ਹੈਗਾ ਆਪਣਾ ਦੁੱਖੜਾ ਰੋਣ ਵਾਸਤੇ ਆ ਸੜਕਾਂ ਦੇ ਉੱਤੇ ਆਏ ਹੈਗੇ। ਕਾਫੀ ਉਤਸ਼ਾਹ ਇਹਨਾਂ ਨੇ ਦੱਸਿਆ। ਹਾਂਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਸਾਡੀ ਇਹ ਬੇਨਤੀ ਆ ਜੀ, ਜਿਨ੍ਹਾਂ ਪੈਰਾਂ 'ਤੇ ਅੱਗੇ ਸਾਨੂੰ ਅੱਗੇ ਲੈ ਕੇ ਆਏ ਸੀ ਨਾ ਬਾਦਲ ਸਾਹਿਬ, ਉਹਨਾਂ ਪੈਰਾਂ 'ਤੇ ਅਸੀਂ ਆਉਣੇ ਚਾਹੀਦੇ। ਸਾਨੂੰ ਰਾਸ਼ਨ ਨਹੀਂ ਮਿਲ ਰਿਹਾ, ਅਸੀਂ ਬਹੁਤ ਭੁੱਖੇ ਮਰਦੇ ਹਾਂ। ਇਹ ਜਿਹੜੇ ਇਹਨਾਂ ਨੇ ਸਾਨੂੰ ਹੁਣ ਲਾਏ ਨਾ ਲਾਰੇ, ਉਹ ਸਾਨੂੰ ਨਹੀਂ, ਹੁਣ ਸਾਨੂੰ ਕਣਕ ਨਹੀਂ ਮਿਲਦੀ, ਸਾਨੂੰ ਸਾਰਾ ਕੁਝ ਬੰਦ ਕਰਤਾ, ਦਾਲ ਦੂਲ ਜਿਹੜੀ ਆਪਣੀ ਸਰਕਾਰ ਵੱਲੋਂ ਤੁਹਾਡੇ ਵੱਲੋਂ ਆਉਂਦੀ ਸੀ, ਸਾਨੂੰ ਉਹ ਵੀ ਬੰਦ ਕੀਤਾ। ਸਾਨੂੰ ਕਣਕ ਮਿਲਣੀ ਚਾਹੀਦੀ ਹੈ, ਸਾਨੂੰ ਸਰਕਾਰ ਵੱਲੋਂ ਜਿਹੜੀਆਂ ਇਹਨਾਂ ਸਹੂਲਤਾਂ ਨਾ, ਸਾਨੂੰ ਜ਼ਰੂਰ ਇਹ ਮਿਲਣੀਆਂ ਚਾਹੀਦੀਆਂ। ਸਾਡੀ ਇਹੀ ਬੇਨਤੀ ਆ ਤੁਹਾਡੇ ਮੂਹਰੇ, ਸਾਡੀ ਗਰੀਬਾਂ ਦੀ ਗੱਲ ਕਿਉਂ ਨਹੀਂ ਸੁਣਦੇ? ਸਾਨੂੰ ਗਰੀਬਾਂ ਨੂੰ ਪਿੱਛੇ ਕਰਕੇ ਛੱਡ ਦਿੰਦੇ ਆ, ਵੋਟਾਂ ਸਾਥੋਂ ਲੈ ਲੈਂਦੇ ਆ, ਮੁੜ ਕੇ ਸਾਡੀ ਕੋਈ ਗੱਲ ਨਹੀਂ ਸੁਣਦਾ ਜੀ। ਤੁਸੀਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਆਏ ਹੋ ਜਾਂ ਮੌਜੂਦਾ ਸਰਕਾਰ ਦੇ ਖਿਲਾਫ? ਅਸੀਂ ਜੇ ਮੌਜੂਦਾ ਸਰਕਾਰ ਦੇ ਖਿਲਾਫ ਨਹੀਂ ਆਏ, ਅਸੀਂ ਇਹਨਾਂ ਅਕਾਲੀ ਸਰਕਾਰ ਵੱਲੋਂ ਆਏ ਹਾਂ। ਅਸੀਂ ਇਹਨਾਂ ਦੇ ਹਾਂ, ਜੋ ਵੀ ਅਸੀਂ ਇਹਨਾਂ ਮਗਰ ਤੁਲਦੇ ਹਾਂ, ਸਾਨੂੰ ਡਰਾਵੇ ਪਾਉਣ ਦੇ, ਤੁਹਾਨੂੰ ਅਸੀਂ ਐਂ ਕਰ ਦਾਂਗੇ, ਜਿਉਂ ਕਰ ਦਾਂਗੇ। ਜੇ ਅਸੀਂ ਬੱਚਿਆਂ ਨੂੰ ਨਸ਼ਾ ਬਾਰੇ ਕਹਿ ਦਿੰਦੇ, ਫਿਰ ਤੁਸੀਂ ਸਾਨੂੰ ਕਹਿਣਗੇ ਵੀ ਸਾਡੇ ਬੱਚੇ ਭੁੱਖੇ ਮਰਦੇ, ਫਿਰ ਅਸੀਂ ਕਹਿਣਗੇ, ਸਾਨੂੰ ਕਹਿਣਗੇ ਤੁਸੀਂ ਖੇਖਣ ਕਰਦੇ ਹਾਂ। ਸਾਨੂੰ ਡਰਾਵੇ ਦਿੰਦੇ ਆ ਇਹ ਕਾਂਗਰਸ ਵਾਲੇ, ਸਾਨੂੰ ਬਹੁਤ ਡਰਾਵੇ ਦਿੰਦੇ ਆ, ਅਸੀਂ ਕੀ ਕਰੀਏ? ਅਸੀਂ ਤੁਹਾਨੂੰ ਕਹਿਣਾ ਸੀ, ਜਦੋਂ ਅਸੀਂ ਤੁਹਾਡੇ ਮਗਰ ਤੁਲੇ ਨਾ, ਅਸੀਂ ਤਾਂ ਤੁਹਾਡੇ ਮਗਰ ਹੀ, ਪਰ ਸਾਡੀ ਜ਼ਰੂਰ ਸਹਾਇਤਾ ਕਰੋ, ਇੱਕ ਸਾਡੀ ਕਣਕ ਜ਼ਰੂਰ ਆਉਣੀ ਚਾਹੀਦੀ ਹੈ। ਇਹਨਾਂ ਨੇ ਕਹਿ ਕੇ ਸਾਨੂੰ 30-30 ਕਿਲੋ ਕਣਕ, ਅਤੇ ਸਾਨੂੰ 5-5 ਕਿਲੋ ਕਣਕ 'ਤੇ ਲਿਆਉਂਦਾ, ਕਿਹੜੀ ਗੱਲੋਂ ਲਿਆਉਂਦਾ? ਭੁੱਖੇ ਮਰਦੇ ਹਾਂ ਅਸੀਂ, ਕੀ ਕਰੀਏ? ਸਾਡੇ ਤਾਂ ਬੱਚੇ ਭੁੱਖੇ, ਕੁਛ ਨਹੀਂ ਮਿਲਦਾ ਖਾਣ ਪੀਣ ਨੂੰ। ਤਾਂ ਸੁਣਿਆ ਤੁਸੀਂ, ਬੀਬੀਆਂ ਨੇ ਕਿਹਾ ਹੈ ਕਿ ਜੋ ਵਾਅਦੇ ਕੀਤੇ ਸੀਗੇ ਉਸ ਦੇ ਖਿਲਾਫ ਜਿਹੜੇ ਹੋ ਰਹੇ ਨੇ, ਕਿਉਂਕਿ ਵਾਅਦੇ ਕੋਈ ਵੀ ਪੂਰੇ ਨਹੀਂ ਕੀਤੇ, ਕਹਿਣਾ ਚਾਹੂੰਗੇ? ਸਭ ਤੋਂ ਪਹਿਲਾਂ ਤਾਂ ਮੈਂ ਪ੍ਰੈਸ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਜੋ ਅੱਜ ਕਵਰੇਜ ਕੀਤੀ ਹੈ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਰਮਾਣਾ ਸਾਹਿਬ ਦਾ। ਅਤੇ ਬਾਕੀ ਅੱਜ ਜੋ ਉਤਸ਼ਾਹ ਹੈ ਬਾਦਲ ਸਾਹਿਬ ਦੀ ਰੈਲੀ ਦਾ, ਤੁਸੀਂ ਵੇਖ ਹੀ ਲਿਆ ਵੀ ਸਾਰੇ ਲੋਕ ਆਪ ਭਰ ਹੋ ਕੇ ਸਾਰੇ, ਮਤਲਬ ਇੰਨਾ ਵਧੀਆ ਮਾਹੌਲ ਬਣਿਆ ਵਾ ਫਰੀਦਕੋਟ ਦਾ, ਕਿਉਂਕਿ ਬਾਦਲ ਸਾਹਿਬ ਹਮੇਸ਼ਾ ਜਦੋਂ ਵੀ ਗੱਲ ਕਰਦੇ ਹੋ ਕਹਿੰਦੇ ਮੈਂ ਫਰੀਦਕੋਟ ਤੋਂ ਸਿਆਸਤ ਸ਼ੁਰੂ ਕੀਤੀ ਹੈ, ਫਰੀਦਕੋਟ ਦਾ ਨਾਮ ਲੈ ਕੇ ਸ਼ੁਰੂ ਗੱਲਬਾਤ ਕਰਦੇ ਆ, ਵੀ ਮੈਂ ਇੱਥੋਂ MP ਬਣਿਆ, ਮੰਤਰੀ ਬਣਿਆ ਸੈਂਟਰ ਦੇ ਵਿੱਚ, ਅਤੇ ਫਰੀਦਕੋਟ ਨਾਲ ਮੇਰਾ ਨਿੱਜੀ ਪਿਆਰ ਹੈ। ਅਤੇ ਇਸੇ ਤਰ੍ਹਾਂ ਹੀ ਅੱਜ ਮਤਲਬ ਲੋਕਾਂ ਦੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ 19 ਤਰੀਕ ਨੂੰ ਰੈਲੀ ਆ ਫਰੀਦਕੋਟ ਦੇ ਵਿੱਚ, ਸਾਨੂੰ ਆਪ ਲੋਕਾਂ ਦੇ ਨੌਜਵਾਨਾਂ ਦੇ ਬੀਬੀਆਂ ਦੇ ਭੈਣਾਂ ਦੇ ਫੋਨ ਆਏ ਵੀ ਕਦੋਂ ਆਉਣਾ ਜੀ, ਅਸੀਂ ਕਿੱਥੇ ਪਹੁੰਚਣਾ ਜੀ, ਤਾਂ ਹੀ ਅੱਜ ਇੱਥੇ ਮਤਲਬ ਸਾਡੇ ਰੈਜੀਡੈਂਸ 'ਤੇ ਸਾਰਾ ਵਧੀਆ ਪ੍ਰੋਗਰਾਮ ਕੀਤਾ ਗਿਆ। ਅਤੇ ਸਾਰੇ ਲੋਕ ਆਪ ਖੁਦ ਆਏ ਆ, ਕਿਉਂਕਿ 2 ਸਾਲਾਂ ਦੇ ਵਿੱਚ ਸਰਕਾਰ ਨੇ ਕੁਛ ਵੀ ਨਹੀਂ ਕੀਤਾ, ਬਾਹਰੋਂ ਕੈਂਡੀਡੇਟ ਦੇਤਾ, MP ਇਲੈਕਸ਼ਨਾਂ ਵਿੱਚ ਵੀ ਦੇਖ ਲਿਓ ਤੁਸੀਂ ਕੀ ਹੋਣਾ ਇਹਨਾਂ ਦੇ ਨਾਲ। ਆਪਾਂ ਗੱਲ ਕਰੀਏ ਤਾਂ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਗੋਲੇ ਵਾਲਾ, ਗੋਲੇ ਵਾਲੇ ਤੋਂ ਜਿਹੜੀ ਐਂਟਰੀ ਹੋਈ ਸੀਗੀ ਪੰਜਾਬ ਬਚਾਓ ਯਾਤਰਾ ਦੀ, ਤਾਂ ਉੱਥੋਂ ਐਂਟਰੀ ਜਿਹੜੀ ਸ਼ੁਰੂਆਤ ਹੋਈ ਸੀਗੀ, ਤਾਂ ਰਸਤੇ ਦੇ ਵਿੱਚ ਥਾਂ ਥਾਂ 'ਤੇ ਲੋਕਾਂ ਵੱਲੋਂ ਸਵਾਗਤ ਕੀਤਾ ਜਾ ਰਿਹਾ ਸੁਖਬੀਰ ਸਿੰਘ ਬਾਦਲ ਦਾ, ਫੁੱਲਾਂ ਦਾ ਹਾਰ ਪਾ ਕੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ। ਅਸੀਂ ਆਏ ਜੀ, ਬਹੁਤ ਦੁਖੀ ਹੋ ਕੇ ਆਏ ਹਾਂ, ਅਸੀਂ ਆਉਣੇ ਵੀ ਬਾਦਲ ਦੀ ਸਰਕਾਰ ਆਵੇ ਅਤੇ ਲੋਕਾਂ ਦਾ ਸੁਧਾਰ ਹੋ ਜਾਵੇ। ਜਿਹੜੀ ਇਹ ਨਵੀਂ ਸਰਕਾਰ ਆਈ ਹੈ, ਇਸ ਨੇ ਤਾਂ ਜਮਾਂ ਹੀ ਬੇੜਾ ਤਬਾਹ ਕਰ ਦਿੱਤਾ ਅਤੇ ਬਹੁਤ ਪਰੇਸ਼ਾਨ। ਕਹਿੰਦੇ ਬਾਦਲਾਂ ਨੇ ਤਬਾਹ ਕੀਤਾ ਸੀ? ਨਹੀਂ ਨਹੀਂ, ਕੋਈ ਬਾਦਲ ਜਦੋਂ ਸਰਕਾਰ ਬਾਦਲ ਦੀ ਸੀ ਉਦੋਂ ਕੋਈ ਮਰਿਆ ਸੀ ਮੁੰਡਾ ਗੱਭਰੂ? ਕੋਈ ਮੁੰਡਾ ਗੱਭਰੂ ਨਹੀਂ ਸੀ ਮਰਿਆ ਗਾ ਬਾਦਲ ਦੀ ਸਰਕਾਰ 'ਚ, ਉਦੋਂ ਇੰਨਾ ਚਿੱਟਾ ਵੀ ਹੈ ਨਹੀਂ ਸੀਗਾ।
ਜਿੱਦਾਂ ਦੀ ਇਹਨਾਂ ਦੀ ਸਰਕਾਰ ਆਈ ਆ ਚਿੱਟਾ ਬਹੁਤ ਫੈਲ ਰਿਹਾ, ਮਾਵਾਂ ਰੋਂਦੀਆਂ, ਮਾਵਾਂ ਦੇ ਗੱਭਰੂ ਪੁੱਤ ਮੁੱਕ ਗਏ, ਜੇਲ੍ਹਾਂ 'ਚ ਬੈਠੇ ਆ, ਉਹਨਾਂ ਦਾ ਕੌਣ ਆ ਬਾਲੀ ਵਾਰਸ? ਇਹ ਸਰਕਾਰ ਨੇ ਤਾਂ ਜਮ੍ਹਾਂ ਡੰਡ ਲਾਤੀ ਆ। ਅਸੀਂ ਬਹੁਤ ਦੁਖੀ ਹਾਂ ਇਹ ਸਰਕਾਰ ਤੋਂ। ਸਿੱਧੇ ਤੌਰ 'ਤੇ ਇਹਨਾਂ ਨੇ ਕਹਿਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਾਦਲ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਰਕਾਰ ਆਵੇਗੀ ਤਾਂ ਅਸੀਂ ਉਹਨਾਂ ਦਾ ਸਹਿਯੋਗ ਕਰਾਂਗੇ। ਤਾਂ ਇਹ ਜਿਹੜੀਆਂ ਔਰਤਾਂ ਨੇ ਇੱਥੇ, ਬੀਬੀਆਂ ਪਹੁੰਚੀਆਂ ਨੇ, ਉਹਨਾਂ ਦੇ ਮੂੰਹੋਂ ਨਿਕਲੇ ਸ਼ਬਦ ਨੇ। ਤਾਂ ਹਰ ਅਪਡੇਟ ਦੇਖਣ ਲਈ ਜੁੜੇ ਰਹੋ ਤੁਸੀਂ D5 ਚੈਨਲ ਪੰਜਾਬੀ ਦੇ ਨਾਲ। ਗੁਰਜੀਤ ਸਿੰਘ ਰਮਾਣਾ, D5 ਚੈਨਲ ਪੰਜਾਬੀ, ਫਰੀਦਕੋਟ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ, ਖੋਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼, ਖੇਡ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ, ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ, ਧਰਮ, ਧਰੋਹਰ, ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਰ, D5 ਚੈਨਲ ਪੰਜਾਬੀ, ਆਪਣੀ ਧਰਤੀ, ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ।